ਸੱਜਣ ਪਿਆਰਿਓ ਤੇ ਮਾਂ ਦੇ ਦੁਲਾਰਿਓ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਹਰ ਪਿੰਡ ਵਿੱਚ 550 ਰੁੱਖ ਲਾਉਣ ਦੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਤੇ ਹੋਰ ਕਈ ਅਦਾਰਿਆਂ ਵੱਲੋਂ ਛੇੜੀ ਗਈ ਹੈ, ਉਹਦੇ ਲਈ ਅਸੀਂ ਅੱਜ ਹਾਜ਼ਰ ਹੋਏ ਹਾਂ ਦਾ ਟ੍ਰੀ ਟਾਕ ਜਾਣੇ ਕਿ ਬਿਰਖ ਬਾਤ ਵਿੱਚ ਆਪਣੇ ਐਕਸਪਰਟ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜੀ ਦੇ ਨਾਲ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜੋ ਉਤਸਵ ਦੀਆਂ ਆਪਾਂ ਤਿਆਰੀਆਂ ਕਰ ਰਹੇ ਹਾਂ, ਉਹਦੇ ਵਿੱਚ ਇੱਕ ਉਪਰਾਲਾ ਪੰਜਾਬ ਸਰਕਾਰ ਵੱਲੋਂ ਅਤੇ ਸੰਸਥਾਵਾਂ ਵੱਲੋਂ, ਖਾਸ ਕਰਕੇ ਇੱਕੋ ਸਿੱਖ ਵੱਲੋਂ ਕੀਤਾ ਗਿਆ ਹੈ ਬਲਵਿੰਦਰ ਲੱਖੇਵਾਲੀ ਜੀ ਦੀ ਸਪੋਰਟ ਦੇ ਨਾਲ। ਆ ਫਰਵਰੀ ਹੁਣ ਆ ਚੱਲੀ ਹੈ, ਫਰਵਰੀ ਤੋਂ ਲਾ ਕੇ ਆਪਾਂ ਜੁਲਾਈ ਅਗਸਤ ਸਤੰਬਰ ਤੱਕ ਲਗਾਤਾਰ ਇਹ ਬੂਟੇ ਲਾਉਣੇ ਹੈ। ਸੋ ਮੇਰੀ ਬੇਨਤੀ ਹੈ ਕਿ ਸਾਰੇ ਲੋਕ ਵੱਧ ਚੜ੍ਹ ਕੇ ਇਸ ਕੰਮ 'ਚ ਹਿੱਸਾ ਲੈਣ, ਕੁਛ ਵੀਡੀਓਜ਼ ਇਹ ਦੱਸਣਗੇ ਕਿ ਟੋਏ ਕਿਵੇਂ ਪੁੱਟਣੇ ਨੇ, ਪਲਾਂਟ ਕਿਵੇਂ ਸਿਲੈਕਟ ਕਰਨੇ ਨੇ, ਲਾਉਣੇ ਕਿਵੇਂ ਹੈ, ਸਾਂਭੇ ਕਿਵੇਂ ਜਾਣੇ ਨੇ, ਉਹਨਾਂ ਨੂੰ ਅਸੀਂ ਮੰਨਦੇ ਹੋਏ ਜੇ ਵੱਧ ਤੋਂ ਵੱਧ ਦਰਖਤ ਲਾਵਾਂਗੇ ਤਾਂ ਹੀ ਬਾਬਾ ਨਾਨਕ ਦਾ ਜੋ ਸੰਦੇਸ਼ ਹੈ, ਜੋ ਉਹਨਾਂ ਨੇ ਕੁਦਰਤ ਬਾਰੇ ਦੱਸਿਆ ਹੈ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਸੋ ਉਸ ਸੰਦੇਸ਼ ਨੂੰ ਅੱਗੇ ਲਿਜਾਂਦੇ ਹੋਏ ਅਸੀਂ ਆਪਣੀ ਸਿਵਲਾਈਜੇਸ਼ਨ ਨੂੰ ਬਚਾਉਣ ਵਾਸਤੇ ਜੋ ਉਪਰਾਲਾ ਕਰਨਾ ਹੈ ਬਾਬੇ ਨਾਨਕ ਹੋਣਾ ਦੇ ਸੰਦੇਸ਼ ਦੇ ਮੁਤਾਬਕ ਉਹਨੂੰ ਆਪਾਂ ਸਿਰੇ ਲਾਈਏ ਅਤੇ ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਮੁਹੱਲੇ ਦੇ ਵਿੱਚ ਜਿੱਥੇ ਵੀ ਬੂਟੇ ਲਗਾਏ ਜਾ ਸਕਦੇ ਨੇ ਉੱਥੇ ਵੱਧ ਤੋਂ ਵੱਧ ਬੂਟੇ ਲਗਾਈਏ। ਅੱਜ ਦਾ ਸਾਡਾ ਜਿਹੜਾ ਐਪੀਸੋਡ ਹੈ, ਇੱਕੋ ਇੱਕ ਪ੍ਰਮੁੱਖ ਕੁਐਸਚਨ ਹੈ ਕਿ ਪਲਾਂਟੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਢੁਕਵੇਂ ਅਸਥਾਨਾਂ ਦੀ ਚੋਣ ਕਿਵੇਂ ਕਰੀਏ ਅਤੇ ਢੁਕਵੇਂ ਅਸਥਾਨ ਕਿਹੜੇ ਹਨ, ਡਾਕਟਰ ਸਾਹਿਬ ਇਹ ਸਰੋਤਿਆਂ ਨੂੰ ਜ਼ਰੂਰ ਦੱਸੋ। ਰਮਨੀਤ ਜੀ, ਮੋਟੀ ਜੀ ਗੱਲ ਹੈ, ਪੰਜਾਬ ਦੇ ਵਿੱਚ 13,000 ਦੇ ਕਰੀਬ ਪਿੰਡ ਨੇ, ਸਾਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੇ ਨਾਨਕ ਦੇ ਵਸਿੰਦੇ ਰਹਿੰਦੇ ਹਾਂ ਅਤੇ ਉਹਨਾਂ ਨੂੰ ਗ੍ਰੀਨ ਕਰਨਾ ਹੈ, ਅਤੇ ਜਦੋਂ ਅਸੀਂ ਇੱਕ ਪਿੰਡ ਨੂੰ ਦੇਖਦੇ ਹਾਂ ਕਿ ਵੀ ਉੱਥੇ ਕਿਹੜੇ ਕਿਹੜੇ ਸਥਾਨ ਨੇ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖ ਲੈਣਾ ਚਾਹੀਦਾ ਵੀ ਧਾਰਮਿਕ ਸਥਾਨ ਕਿੰਨੇ ਨੇ। ਹਾਂਜੀ ਹਾਂਜੀ, ਧਾਰਮਿਕ ਸਥਾਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਹੈ, ਮੰਦਰ ਵੀ ਹੈ, ਮਸਜਿਦ ਵੀ ਹੈ ਜਾਂ ਕੁਛ ਵੀ ਹੋਰ। ਬਿਲਕੁਲ ਸਹੀ, ਹੈ ਨਾ। ਨੰਬਰ 2 'ਤੇ ਜਿੰਨੀਆਂ ਰੋਡਜ਼ ਨੇ ਪਿੰਡ ਨੂੰ ਆਉਂਦੀਆਂ ਨੇ, ਪਿੰਡ ਦੀ ਫਿਰਨੀ ਆ, ਪਿੰਡ ਦੀਆਂ ਗਲੀਆਂ ਨੇ, ਉਹ ਸਾਰੀਆਂ ਨੂੰ ਲਿਸਟ ਆਊਟ ਕਰ ਲੈਣਾ ਚਾਹੀਦਾ। ਉਸ ਤੋਂ ਬਾਅਦ ਪਿੰਡ ਦੇ ਵਿੱਚ ਜਿਹੜੀਆਂ ਸਾਡੀਆਂ ਸਾਂਝੀਆਂ ਥਾਵਾਂ ਨੇ ਜਿੱਥੇ ਲੋਕ ਬੈਠਦੇ ਆ, ਸੱਥਾਂ ਨੇ, ਠੀਕ ਆ, ਪੰਚਾਇਤ ਘਰ ਆ ਜਾਂ ਹੋਰ ਕਈ ਸਥਾਨ ਹੁੰਦੇ ਆ, ਸ਼ਾਮ ਲਾਟਾਂ ਦੇ ਵਿੱਚ ਕਈ ਵਾਰੀ ਲੋਕ ਜਗ੍ਹਾ ਬਣਾ ਲੈਂਦੇ ਆ, ਬੱਸ ਅੱਡਿਆਂ 'ਤੇ ਬੈਠਦੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਗ੍ਹਾ ਨੂੰ ਫਾਇੰਡ ਆਊਟ ਕਰ ਲੈਣਾ ਚਾਹੀਦਾ ਵੀ ਉੱਥੇ ਕਿੰਨੀ ਕਿੰਨੀ ਸਾਡੇ ਕੋਲ ਸਪੇਸ ਹੈਗੀ ਆ, ਸਾਡੇ ਕੋਲ ਸਿਵਲ ਹਸਪਤਾਲ ਨੇ, ਸਾਡੇ ਕੋਲ ਜਿਹੜੇ ਪਸ਼ੂਆਂ ਵਾਲੇ ਹਸਪਤਾਲ ਨੇ, ਉਸ ਤੋਂ ਬਿਨਾਂ ਸਾਡੇ ਕੋਲ ਵਿੱਦਿਅਕ ਅਦਾਰੇ ਨੇ, ਸਕੂਲ, ਪ੍ਰਾਇਮਰੀ ਸਕੂਲ ਨੇ, ਸੈਕੰਡਰੀ ਸਕੂਲ ਨੇ, ਹਾਇਰ ਸੈਕੰਡਰੀ ਸਕੂਲ ਨੇ, ਆਂਗਣਵਾੜੀ ਸਕੂਲ ਨੇ, ਉਸ ਤੋਂ ਬਿਨਾਂ ਆਂਗਣਵਾੜੀ ਸੈਂਟਰ ਨੇ, ਉਸ ਤੋਂ ਬਿਨਾਂ ਪ੍ਰਾਈਵੇਟ ਵੀ ਸਕੂਲ ਨੇ, ਹੈ ਤਾਂ ਧਰਤੀ ਹੈ ਨਾ, ਸਾਰੇ ਜਿੰਨੇ ਵਿੱਦਿਅਕ ਅਦਾਰੇ ਆ ਉਹ ਹੋ ਗਏ। ਵਿੱਦਿਅਕ ਅਦਾਰਿਆਂ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਸਾਡੇ ਕੋਲ ਜਦੋਂ ਅਸੀਂ ਪਿੰਡ ਦੇ ਵਿੱਚ ਗੇੜਾ ਲਾਉਣੇ ਆ ਤਾਂ ਛੱਪੜ, ਹਰੇਕ ਪਿੰਡ 'ਚ ਇੱਕ ਨਹੀਂ ਕਈ ਛੱਪੜ ਨੇ, ਉਹਦੇ ਆਲੇ ਦੁਆਲੇ ਆ, ਸਾਡੇ ਕੋਲ ਵਾਟਰ ਵਰਕਸ ਹੈ, ਸਾਡੇ ਕੋਲ RO ਸਿਸਟਮ ਹੈ, ਸਾਡੇ ਕੋਲ ਗਊਸ਼ਾਲਾ ਹੈ ਪਿੰਡਾਂ ਦੇ ਵਿੱਚ, ਕਈ ਥਾਵਾਂ 'ਤੇ ਪਿੰਡਾਂ ਦੇ ਵਿੱਚ ਹੱਡਾਂ ਰੋੜੀਆਂ ਨੇ, ਹਾਂਜੀ, ਉਹ ਸਾਰੀਆਂ ਜਿਹੜੀਆਂ ਲੋਕੇਸ਼ਨਾਂ ਨੇ ਉਹ ਗ੍ਰੀਨ ਹੋ ਸਕਦੀਆਂ ਨੇ। ਜਦੋਂ ਅਸੀਂ ਪਿੰਡ ਦੇ ਵਿੱਚ ਜਦੋਂ ਅਸੀਂ ਟਰੈਵਲ ਕਰਦੇ ਹਾਂ ਜਾਂ ਤੁਰਦੇ ਫਿਰਦੇ ਹਾਂ ਅਤੇ ਕਈ ਪਿੰਡਾਂ ਦੇ ਵਿੱਚ ਡੇਰੇ ਵੀ ਬਣੇ ਹੋਏ ਆ, ਬਿਲਕੁਲ, ਹੈ ਨਾ, ਉੱਥੇ ਜਿਹੜੇ ਹੈਗੇ ਆਯੁਰਵੈਦਿਕ ਨਾਲ ਸੰਬੰਧਿਤ ਰੁੱਖ ਲਾਏ ਜਾਂਦੇ ਆ। ਹਾਂਜੀ ਹਾਂਜੀ, ਸੋ ਇਹ ਜਦੋਂ ਆਪਾਂ ਟੋਟਲ ਪਿੰਡਾਂ ਦੀ ਨੂੰ ਦੇਖਦੇ ਹਾਂ ਤਾਂ ਉਸ 'ਚ ਸਪੇਸ ਦੀ ਗੱਲ ਕਰਦੇ ਹਾਂ, ਤਕਰੀਬਨ ਪਿੰਡ ਦੇ ਆਬਾਦੀ ਦੇ ਅਕੋਰਡਿੰਗਲੀ 15 ਤੋਂ 20 ਸਥਾਨ ਨੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ, ਚਾਹੇ ਉਹ ਸਾਡੇ ਧਾਰਮਿਕ ਸਥਾਨ ਨੇ, ਚਾਹੇ ਉਹ ਸਾਡੇ ਵਿੱਦਿਅਕ ਅਦਾਰੇ ਨੇ। ਖਾਸ ਤੌਰ 'ਤੇ ਇੱਕ ਹੋਰ ਚੀਜ਼ ਜਿਵੇਂ ਸਾਡੇ ਪਿੰਡ ਨਾਲ ਸੰਬੰਧਿਤ ਮੋਟਰਾਂ ਕਿੰਨੀਆਂ ਨੇ, 14 ਲੱਖ ਤੋਂ ਵੱਧ ਟਿਊਬਵੈਲ ਨੇ ਸਾਡੇ ਪਿੰਡਾਂ ਦੇ ਵਿੱਚ। ਆ ਇਹ ਬਹੁਤ ਇੰਪੋਰਟੈਂਟ ਮੇਰੇ ਖਿਆਲ ਤੁਸੀਂ ਗੱਲ ਕਹੀ, ਇਹਦੇ ਬਾਰੇ ਮੈਂ ਕਹਿੰਦਾ ਤੁਸੀਂ ਮੋਟਰਾਂ ਬੰਨਿਆਂ ਬਾਰੇ ਇੱਕ ਦੋ ਸੈਂਟੈਂਸ ਹੋਰ ਵੀ ਜ਼ਰੂਰ। ਜਿੱਦਾਂ ਹਰ ਮੋਟਰ ਦੇ ਉੱਤੇ 5-7 ਰੁੱਖ ਲੱਗ ਸਕਦੇ ਆ, ਉਹਨਾਂ ਦੀ ਕੈਲਕੂਲੇਸ਼ਨ ਕੀਤੀ ਜਾਵੇ ਕਿੰਨੀਆਂ ਸਾਡੇ ਪਿੰਡ ਨਾਲ ਸੰਬੰਧਿਤ ਮੋਟਰਾਂ ਨੇ। ਉਹ ਨੰਬਰ 2 'ਤੇ ਫਿਰ ਮੋਟਰਾਂ ਤੋਂ ਬਾਅਦ ਖੇਤਾਂ ਦੇ ਬੰਨਿਆਂ 'ਤੇ ਬੂਟੇ ਲੱਗ ਸਕਦੇ ਆ, ਅਨਾਜ ਮੰਡੀ ਜਿੱਥੇ ਕਿਸਾਨ ਲੈ ਕੇ ਜਾਂਦਾ ਫਸਲ, ਉੱਥੇ ਬਹੁਤ ਧੋਪੀ ਧੁੱਪ ਹੁੰਦੀ ਹੈ, ਕਈ ਥਾਵਾਂ 'ਤੇ ਸ਼ੈੱਡ ਵਗੈਰਾ ਦੀ ਫੈਸਿਲਿਟੀ ਨਹੀਂ ਹੁੰਦੀ, ਉੱਥੇ ਰੁੱਖ ਲੱਗ ਸਕਦੇ ਆ। ਤਾਂ ਉਹ ਸਾਰਿਆਂ ਨੂੰ ਆਪਾਂ ਜਿਹੜਾ ਹੈਗਾ, ਜਿੱਦਾਂ ਵੀ ਆਪਾਂ ਇਹ ਮੁਹਿੰਮ ਸਾਰਿਆਂ ਦਾ ਇੱਕ ਸਾਂਝਾ ਕਾਰਜ ਆ, ਉਹਦੇ 'ਚ ਕੋਈ ਸਰਕਾਰੀ ਅਧਿਕਾਰੀ ਨਹੀਂ, ਕੋਈ ਪ੍ਰਾਈਵੇਟ ਨਹੀਂ, ਕੋਈ ਸੰਸਥਾ ਨਹੀਂ, ਇਹ ਸਭ ਧਰਤੀ ਜਿਹੜੀ ਹੈਗੀ ਆ ਗੁਰਾਂ ਦੀ, ਉਸ ਬਾਬੇ ਨਾਨਕ ਦੀ ਧਰਤੀ ਆ। ਗੁਰਾਂ ਨੇ ਸਾਨੂੰ ਇਹ ਕਿਹਾ ਸੀ ਕਿ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਅਸੀਂ ਸਾਰੇ ਪੱਥਰ ਲਾਈ ਜਾ ਰਹੇ ਹਾਂ, ਘਰਾਂ 'ਚ ਵੀ ਪੱਥਰ, ਧਾਰਮਿਕ ਸਥਾਨਾਂ 'ਤੇ ਵੀ ਪੱਥਰ, ਹਰ ਜਗ੍ਹਾ ਪੱਥਰ ਲਾਉਂਦਾ, ਇਨਸਾਨ ਖੁਦ ਵੀ ਪੱਥਰ ਦਾ ਹੋ ਗਿਆ। ਜੇ ਅਸੀਂ ਕਨੈਕਟ ਕਰਨਾ ਦੁਬਾਰਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਧਰਤੀ ਗ੍ਰੀਨ ਹੋਵੇ, ਅਤੇ ਉਹਦੇ ਲਈ ਅਸੀਂ ਇਹ, ਇਸ ਤੋਂ ਵੱਡਾ ਮੌਕਾ ਹੋਰ ਕੀ ਹੋ ਸਕਦਾ ਕਿ ਪਹਿਲੀ ਪਾਤਸ਼ਾਹੀ ਦਾ ਜਿਹੜਾ ਪ੍ਰਕਾਸ਼ ਪੁਰਬ ਆ ਰਿਹਾ ਅਤੇ ਅਸੀਂ ਸਾਰਿਆਂ ਨੇ ਰੁੱਖ ਲਾਉਣੇ ਆ। ਕਿਰਪਾ ਕਰਕੇ ਇਹ ਸਾਰੇ ਜਿਹੜੇ ਜਗ੍ਹਾ ਨੇ ਤੁਸੀਂ ਆਈਡੈਂਟੀਫਾਈ ਕਰੋ,
ਇਹਦੇ ਵਿੱਚ ਜਿਹੜੇ ਅਗਲੇ ਹੋਰ ਸਵਾਲ ਹੋਣਗੇ ਵੀ ਕਿੱਥੇ ਕਿਹੜੇ ਬੂਟੇ ਲਾਉਣੇ ਨੇ, ਕਿਵੇਂ ਲਾਉਣੇ ਆ, ਕਿੱਦਾਂ ਲਾਉਣੇ ਆ, ਉਹ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਨਾਲ ਸਾਂਝੇ ਕਰਦੇ ਰਹਾਂਗੇ। ਸੋ ਮੈਨੂੰ ਲੱਗਦਾ ਜਿਹੜਾ ਸਾਡਾ ਪ੍ਰਮੁੱਖ ਕੁਐਸਚਨ ਹੈ ਕਿ ਸਾਡੇ ਤਾਂ ਪਿੰਡ ਵਿੱਚ ਜੀ ਥਾਂ ਕੋਈ ਨਹੀਂ, ਉਹਦਾ ਸਾਰਾ ਜਿਹੜਾ ਜਵਾਬ ਡਾਕਟਰ ਸਾਹਿਬ ਨੇ ਬਖੂਬ ਦਿੱਤਾ। ਸੋ ਪਿੰਡਾਂ ਵਿੱਚ ਜਿਹੜੀਆਂ ਥਾਵਾਂ ਇਹਨਾਂ ਨੇ ਦੱਸੀਆਂ, ਇੱਥੇ ਜ਼ਰੂਰ ਵਿਜ਼ਿਟ ਕਰੋ, ਪਿੰਡ ਦੇ ਇਹਨਾਂ ਸਥਾਨਾਂ ਦੀ ਸਰਵੇ ਕਰੋ, ਆਈਡੀਆ ਲਓ ਕਿ ਇੱਥੇ ਕਿਹੜੇ ਰੁੱਖ ਲਗਾਏ ਜਾ ਸਕਦੇ ਨੇ। ਇਸ ਆਈਡੀਆ ਦੇ ਜਿਹੜੇ ਪ੍ਰਸ਼ਨ ਨੇ ਅਗਲੇ ਐਪੀਸੋਡ ਬਿਰਖ ਬਾਤ ਦ ਟ੍ਰੀ ਟਾਕ ਦੇ ਵਿੱਚ ਡਾਕਟਰ ਸਾਹਿਬ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਕਿ ਇਹਨਾਂ ਢੁੱਕਵੇਂ ਸਥਾਨਾਂ 'ਤੇ ਕਿਹੜੀ ਕਿਸਮ ਦੇ ਦਰਖਤ ਲਗਾਏ ਜਾ ਸਕਦੇ ਨੇ। ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ ਈਕੋਸਿਖ ਦੀ ਟੀਮ ਨਾਲ, ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਜੀ। ਸੋ ਕੁੱਲ ਮਿਲਾ ਕੇ ਮੈਂ ਤਾਂ ਇੱਕੋ ਹੀ ਸੁਨੇਹਾ ਦਿੰਦਾ ਹੁੰਦਾ ਕਿ ਜੋ ਵੀ ਸਾਡੇ ਇਸ ਧਰਤੀ ਨੂੰ ਗ੍ਰੀਨ ਕਰਨਾ, ਦਿਮਾਗ 'ਤੇ ਬੋਝ ਨਾ ਪਾਓ, ਧਰਤੀ ਨੂੰ ਹਰਾ ਭਰਾ ਕਰੋ ਅਤੇ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਵੰਨ ਸੁਵੰਨੇ ਫੁੱਲ ਬੂਟੇ ਲਾਉਂਦੇ ਰਹੋ ਅਤੇ ਪਹਿਲਾਂ ਲੱਗਿਆ ਨੂੰ ਬਚਾਉਂਦੇ ਰਹੋ। ਧੰਨਵਾਦ, ਰੱਬ ਰੱਖਣਾ।